कि सौंकन सौंकने 2 आ रही है, ये जट एंड जूलियट 3 रिलीज कदों होएगी यार, कि दिलजीत दोसांझ से वरुण धवन का कोई नवा बॉलीवुड प्रोजेक्ट आ रहा है, कदों शुरू हो रही है धमाल 4 की शूटिंग, ते श्रद्धा कपूर ने बिना थिएटर दे विच आए किवें मचाया पिया सिनेमा घरां दे विच धमाल, सारियां चीज़ां दी डिस्कशन करांगे इन टुडेज़ एपिसोड ऑफ बॉली पॉली गपशप। हेलो जी, सत श्री अकाल, सिमरन दिस साइड ते स्क्रीन दे उस साइड जिन्ने भी दर्शक देख रहे ने उन्हां नूं साडी प्यार भरी सत श्री अकाल। लो जी, इत्थे वेला हो गया तुहाडे नाल बॉलीवुड पॉलीवुड इंडस्ट्री दीआं कुछ वड्डीआं खबरां सांझा करन दा। सो मैं लैके आ गई हां अनदर एपीसोड ऑफ बॉली पॉली गपशप, एंड टुडे आई एम स्टार्टिंग फ्रॉम द करंट वायरल इंटरनेट सेंसेशन विच इज सौंकन सौंकने 2। सो की सौंकन सौंकने 2 दी अनाउंसमेंट हो गई है? अ बिग यस, सौंकन सौंकने दा दूजा सीक्वल सौंकन सौंकने 2 बहुत छेती साडे नेड़े सिनेमाघरां दे विच आउण वाला है। वैल, इहदे नाल रिलेटेड कन्फर्मेशन जिहड़ी है ओह रवि दुबे द्वारा दित्ती गई है। रवि दुबे एंड सरगुन मेहता द्वारा ओह को प्रोड्यूसर सीगे सौंकन सौंकने फिल्म दे, जो कि साल 2022 दे विच आई सीगी। फिल्म नूं अमरदीप सिंह दे द्वारा लिखिया गया सीगा ते अमरजीत सिंह सरौन दे द्वारा डायरेक्ट कीता गया सीगा। स्टारिंग एम ए विर्क, सरगुन मेहता एंड निमरत खहरा। इस फिल्म ने बॉक्स ऑफिस के उत्ते पूरा धमाल मचा दिता सी यार, मतलब थिएटर्स दे विच सारे शोज हाउसफुल जा रहे थे और इन्ना ज़्यादा प्यार इस फिल्म नूं दर्शकां ने दिता सीगा। जस्ट आफ्टर दैट सारे वेट कर रहे थे कि फिल्म का सीक्वल कदों आए, तो साडा वेट फाइनली ओवर हो गया क्योंकि फिल्म का सीक्वल बनन जा रहा है। रवि दुबे ने रीसेंटली अपनी सोशल मीडिया के उत्ते एक पोस्ट शेयर की है जिद उन्होंने सौंकन सौंकने 2 का मुहूर्त शॉट शेयर किया। नाल दे नाल रवि दुबे ने कैप्शन के लिखा कि सौंकन सौंकने 2 फिल्मिंग बिगिनस, यानी कि फिल्म का मुहूर्त शॉट है, सो फिल्म की शूटिंग जी शुरू हो चुकी है। ਸਾਡੇ ਵੱਲੋਂ ਮੇਕਰਸ ਨੂੰ ਬਹੁਤ ਬਹੁਤ ਵਧਾਈਆਂ ਜੀ। ਇੱਕ ਵਾਰ ਫਿਰ ਤੋਂ ਇਸ ਸੁਪਰ ਡੁਪਰ ਹਿੱਟ ਫਿਲਮ ਨੂੰ ਅਸੀਂ ਸਿਨੇਮਾ ਘਰਾਂ ਦੇ ਵਿੱਚ ਦੇਖਣ ਵਾਲੇ ਹਾਂ। ਦੇਖੋ, ਰਾਈਟਰ ਐਂਡ ਡਾਇਰੈਕਟਰ ਜਿਹੜੇ ਨੇ ਉਹ ਤਾਂ ਕਨਫਰਮ ਹੋ ਚੁੱਕੇ ਨੇ, ਬਟ ਸਟਾਰ ਕਾਸਟ ਅਜੇ ਰਿਵੀਲ ਨਹੀਂ ਹੋਈ ਹੈ। ਹਾਲਾਂਕਿ ਰਵੀ ਦੀ ਇਸ ਪੋਸਟ ਦੇ ਨੀਚੇ ਸਰਗੁਣ ਨੇ ਕਮੈਂਟ ਕੀਤਾ, ਸੋ ਸਰਗੁਣ ਨੂੰ ਤਾਂ ਅਸੀਂ ਦੇਖਣ ਹੀ ਵਾਲੇ ਹਾਂ। ਇਹਦੀ ਕਨਫਰਮੇਸ਼ਨ ਇੱਕ ਤਰੀਕੇ ਨਾਲ ਮਿਲ ਗਈ ਹੋਈ ਹੈ, ਪਰ ਹੋ ਸਕਦਾ ਕਿ ਫਿਲਮ ਦੀ ਸਟਾਰ ਕਾਸਟ ਇਸ ਵਾਰੀ ਥੋੜ੍ਹੀ ਬਹੁਤੀ ਚੇਂਜ ਹੋਏ। ਜੇਕਰ ਮੈਂ ਰਾਈਟਰ ਦੀ ਗੱਲ ਕਰਾਂ ਤਾਂ ਅਗੇਨ ਅਮਰਦੀਪ ਸਿੰਘ ਹੀ ਨੇ, ਪਰ ਇਸ ਵਾਰੀ ਡਾਇਰੈਕਟਰ ਸੌਂਕਣ ਸੌਂਕਣੇ 2 ਦਾ ਚੇਂਜ ਰਹਿਣ ਵਾਲਾ। ਅਮਰਜੀਤ ਸਿੰਘ ਦੀ ਬਜਾਏ ਇਸ ਵਾਰੀ ਇਸ ਫਿਲਮ ਨੂੰ ਜਿਹੜਾ ਉਹ ਸਮੀਪ ਕੰਗ ਦੇ ਦੁਆਰਾ ਡਾਇਰੈਕਟ ਕੀਤਾ ਜਾ ਰਿਹਾ। ਸਮੀਪ ਕੰਗ ਜੋ ਕਿ ਆਲਰੇਡੀ ਬਹੁਤ ਸਾਰੇ ਵੱਡੇ ਵੱਡੇ ਕਾਮੇਡੀ ਪ੍ਰੋਜੈਕਟਸ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਨੇ, ਹੁਣ ਇੱਕ ਵਾਰੀ ਸਾਡੇ ਲਈ ਸੌਂਕਣ ਸੌਂਕਣੇ ਦੀ ਨਵੀਂ ਸਟੋਰੀ ਜਿਹੜੀ ਹੈ ਉਹ ਲੈ ਕੇ ਆ ਰਹੇ ਨੇ। ਇੱਕ ਨਵੇਂ ਤਰੀਕੇ ਨਾਲ ਉਹ ਇਸ ਫਿਲਮ ਨੂੰ ਫਿਲਮਾਉਣਗੇ, ਅਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਮਜ਼ਾ ਦਰਸ਼ਕਾਂ ਨੂੰ ਸੌਂਕਣ ਸੌਂਕਣੇ ਦੇ ਕੇ ਆਇਆ ਸੀਗਾ, ਉਹਦੇ ਤੋਂ ਦੁੱਗਣਾ ਇੰਜੋਏ ਅਸੀਂ ਇਸ ਵਾਰੀ ਇਹਦੇ ਸੀਕੁਅਲ ਨੂੰ ਕਰਨ ਵਾਲੇ ਹਾਂ। ਪਰ ਆਖਿਰਕਾਰ ਇਸ ਵਾਰੀ ਸਟੋਰੀ ਕੀ ਰਹੇਗੀ, ਅਤੇ ਮੇਨ ਲੀਡਸ ਦੇ ਵਿੱਚ ਕੀ ਐਮੀ, ਸਰਗੁਣ ਐਂਡ ਉਹਨਾਂ ਦੇ ਨਾਲ ਨਿਮਰਤ ਨੂੰ ਹੀ ਅਸੀਂ ਦੁਬਾਰਾ ਦੇਖਣ ਵਾਲੇ ਹਾਂ, ਜਾਂ ਫਿਰ ਇਹਦੀ ਸਟਾਰਕਾਸਟ ਕੁਛ ਅੱਡ ਰਹਿਣ ਵਾਲੀ ਹੈ? ਇਹ ਫਿਲਹਾਲ ਅਜੇ ਕਨਫਰਮ ਨਹੀਂ ਕੀਤਾ ਗਿਆ। ਇਹਦੇ ਵਾਸਤੇ ਸਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਏਗਾ, ਪਰ ਤੁਸੀਂ ਟੈਨਸ਼ਨ ਨਹੀਂ ਲੈਣੀ, ਜੋ ਵੀ ਅਪਡੇਟਸ ਹੋਣਗੀਆਂ ਅਸੀਂ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਰਿਲੀਜ਼ਿੰਗ ਡੇਟ ਵੀ ਅਜੇ ਫਾਈਨਲ ਨਹੀਂ ਹੋਈ ਹੈ, ਪਰ ਬਹੁਤ ਛੇਤੀ ਹੋ ਜਾਏਗੀ। ਜੋ ਵੀ ਅਪਡੇਟਸ ਹੋਣਗੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਤੁਸੀਂ ਕਿਤੇ ਨਹੀਂ ਜਾਣਾ, ਬਸ ਇੱਥੇ ਮੈਨੂੰ ਟਿਊਨ ਇਨ ਕਰਕੇ ਰੱਖਣਾ। ਔਰ ਨੰਬਰ 2, ਲੈਟਸ ਟਾਕ ਅਬਾਊਟ ਦੀ ਸੈਕੰਡ ਵਾਇਰਲ ਇੰਟਰਨੈਟ ਸੈਂਸੇਸ਼ਨ, ਜੋ ਕਿ ਨੇ ਜੀ ਦਿਲਜੀਤ ਦੁਸਾਂਝ। ਦਿਲਿਊਮੀਨਾਤੀ ਟੂਰ ਤੋਂ ਲੈ ਕੇ ਜਿੰਮੀ ਫੈਲਨ ਦੇ ਦੀ ਟੁਨਾਈਟ ਸ਼ੋਅ ਤੱਕ ਦਿਲਜੀਤ ਦੇ ਚਰਚੇ ਚਾਰੇ ਪਾਸੇ ਹੋ ਰਹੇ ਨੇ। ਦੇਖੋ, ਬਾਲੀਵੁੱਡ ਹਾਲੀਵੁੱਡ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਦਿਲਜੀਤ ਦੁਸਾਂਝ ਛਾਏ ਹੀ ਹੋਏ ਨੇ, ਆਪਣੇ ਲਾਈਵ ਸ਼ੋਅ ਦੇ ਨਾਲ ਉਹ ਪੂਰੀ ਤਰੀਕੇ ਨਾਲ ਛਾਏ ਹੋਏ ਨੇ। ਬਟ ਇੱਕ ਹੋਰ ਕਾਰਨ ਹੈ ਜਿਹਦੇ ਕਾਰਨ ਦਰਸ਼ਕ ਜਿਹੜੇ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਇਨ ਥੀਏਟਰਸ। ਜੱਟ ਐਂਡ ਜੂਲੀਅਟ 3 ਬਹੁਤ ਛੇਤੀ ਰਿਲੀਜ਼ ਹੋਣ ਵਾਲੀ ਹੈ, ਪਰ ਰਿਲੀਜ਼ਿੰਗ ਡੇਟ ਨੂੰ ਲੈ ਕੇ ਇੱਕ ਕਨਫਿਊਜ਼ਨ ਜਿਹੜੀ ਉਹ ਮਾਰਕੀਟ ਦੇ ਵਿੱਚ ਬਣੀ ਹੋਈ ਹੈ। ਸੋ ਕੀ ਹੈ ਉਹ ਕਨਫਿਊਜ਼ਨ? ਦਰਅਸਲ ਜਦੋਂ ਫਿਲਮ ਦਾ ਅਫੀਸ਼ੀਅਲ ਪੋਸਟਰ ਆਇਆ ਸੀਗਾ ਤਾਂ ਉਹਦੇ ਉੱਤੇ ਫਿਲਮ ਦੀ ਰਿਲੀਜ਼ਿੰਗ ਡੇਟ ਜੋ ਹੈ ਉਹ 28 June ਰੱਖੀ ਗਈ ਸੀ, ਪਰ ਜਦੋਂ ਟ੍ਰੇਲਰ ਆਇਆ ਤਾਂ ਉਹਦੇ ਉੱਤੇ ਸਾਨੂੰ ਦੇਖਣ ਨੂੰ ਮਿਲਿਆ ਕਿ ਅਚਾਨਕ ਰਿਲੀਜ਼ਿੰਗ ਡੇਟ 27 June ਕਰ ਦਿੱਤੀ ਗਈ ਹੈ। ਅਤੇ ਦਰਸ਼ਕਾਂ ਦੇ ਵਿੱਚ ਇੱਕ ਕਨਫਿਊਜ਼ਨ ਸੀਗੀ ਕਿ ਯਾਰ ਆਖਿਰਕਾਰ ਫਿਲਮ ਆ ਕਦੋਂ ਰਹੀ ਹੈ। ਲੈਟ ਮੀ ਕਲੀਅਰ ਦ ਏਅਰ, ਜੱਟ ਐਂਡ ਜੂਲੀਅਟ 3 ਜੋ ਹੈ ਉਹ 27 June 2024 ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਪਹਿਲਾਂ ਰਿਲੀਜ਼ਿੰਗ ਡੇਟ 28 June ਹੀ ਸੀਗੀ, ਫਿਰ ਇਹਨੂੰ ਬਿਨਾਂ ਕੋਈ ਅਫੀਸ਼ੀਅਲ ਅਨਾਊਂਸਮੈਂਟ ਅਚਾਨਕ ਹੀ 27 June ਕਰ ਦਿੱਤਾ ਗਿਆ। ਜਸਟ ਟ੍ਰੇਲਰ ਹੀ ਨਹੀਂ, ਉਸ ਤੋਂ ਬਾਅਦ ਜੋ ਗਾਣੇ ਵੀ ਆਏ ਨੇ ਉਹਦੇ ਵਿੱਚ ਵੀ 27 June ਜੋ ਡੇਟ ਹੈ ਉਹਨੂੰ ਹੀ ਪ੍ਰਮੋਟ ਕੀਤਾ ਜਾ ਰਿਹਾ ਹੈ। ਐਂਡ ਦਿਲਜੀਤ ਨੇ ਆਪਣੀਆਂ ਰੀਸੈਂਟ ਵੀਡੀਓ ਦੇ ਵਿੱਚ ਵੀ 27 June 2024 ਹੀ ਜੱਟ ਐਂਡ ਜੂਲੀਅਟ 3 ਦੀ ਰਿਲੀਜ਼ਿੰਗ ਡੇਟ ਦੱਸੀ ਹੈ। ਮੈਨੂੰ ਲੱਗਦਾ ਇੱਕ ਚੇਂਜ ਜਿਹੜਾ ਉਹ ਇਸ ਤਰੀਕੇ ਨਾਲ ਕੀਤਾ ਗਿਆ ਕਿ ਹੋ ਸਕਦਾ ਮੇਕਰਸ ਦਾ ਇਹ ਸੋਚਣਾ ਹੈ ਕਿ ਮੂਵੀ ਨੂੰ ਇੱਕ ਹੋਰ ਦਿਨ ਜਿਹੜਾ ਉਹ ਥੀਏਟਰ ਦੇ ਵਿੱਚ ਐਕਸਟਰਾ ਮਿਲ ਜਾਏਗਾ। ਦੈਟਸ ਵਾਈ ਫਿਲਮ ਨੂੰ ਫਰਾਈਡੇ ਦੀ ਜਗ੍ਹਾ ਥਰਸਡੇ ਦੇ ਉੱਤੇ ਰਿਲੀਜ਼ ਕੀਤਾ ਜਾ ਰਿਹਾ। ਇੱਕ ਵਧੀਆ ਕੰਟੈਂਟ ਐਂਡ ਮਾਰਕੀਟਿੰਗ ਸਟ੍ਰੈਟੇਜੀ ਆਪਾਂ ਇਹਨੂੰ ਕਹਿ ਸਕਦੇ ਹਾਂ। ਸੋ ਜਿਹਨੂੰ ਜਿਹਨੂੰ ਵੀ ਕਨਫਿਊਜ਼ਨ ਸੀਗੀ ਜੀ, ਤੁਸੀਂ ਡੇਟ ਜਿਹੜੀ ਉਹ ਮਾਰਕ ਕਰ ਲਓ, 27 June 2024 ਨੂੰ ਨੀਰੂ ਬਾਜਵਾ ਐਂਡ ਦਿਲਜੀਤ ਦੁਸਾਂਝ ਆ ਰਹੇ ਨੇ ਜੱਟ ਐਂਡ ਜੂਲੀਅਟ 3 ਦਾ ਤੀਜਾ ਸੀਕੁਅਲ ਲੈ ਕੇ।
ਤੇ ਆਪਾਂ ਫਿਲਮ ਦੇਖਣ ਜਾਣਾ ਹੈ। ਫਿਲਹਾਲ ਜੇਕਰ ਤੁਸੀਂ ਟ੍ਰੇਲਰ ਦੇਖਿਆ ਹੋਇਆ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਫਿਲਮ ਦਾ ਟ੍ਰੇਲਰ ਕਿਹੋ ਜਿਹਾ ਲੱਗਾ ਸੀਗਾ ਤੇ ਜਗਦੀਪ ਸਿੱਧੂ ਦੁਆਰਾ ਡਾਇਰੈਕਟ ਕੀਤੀ ਗਈ ਇਸ ਫਿਲਮ ਤੋਂ ਤੁਹਾਨੂੰ ਕੀ ਉਮੀਦਾਂ? ਔਰ ਨੰਬਰ 3 ਵੀ ਹੈਵ ਅਨਦਰ ਪ੍ਰੋਜੈਕਟ ਆਫ ਦਿਲਜੀਤ ਦੋਸਾਂਝ। ਸੋ ਕੀ ਦਿਲਜੀਤ ਦੋਸਾਂਝ ਇੱਕ ਹੋਰ ਵੱਡੇ ਬਾਲੀਵੁੱਡ ਪ੍ਰੋਜੈਕਟ ਦਾ ਹਿੱਸਾ ਬਣਨ ਵਾਲੇ ਨੇ? ਦਾ ਆਨਸਰ ਇਜ਼ ਬਿਗ ਯੈਸ। ਬੋਨੀ ਕਪੂਰ ਨੇ ਆਪਣੇ ਅਗਲੇ ਬਾਲੀਵੁੱਡ ਪ੍ਰੋਜੈਕਟ ਦੀ ਅਨਾਊਂਸਮੈਂਟ ਕਰ ਦਿੱਤੀ ਹੈ ਵਿਚ ਇਜ਼ ਨੋ ਐਂਟਰੀ 2। ਐਂਡ ਤੁਸੀਂ ਬਿਲਕੁਲ ਸਹੀ ਸਮਝ ਰਹੇ ਹੋ, ਨੋ ਐਂਟਰੀ 2 ਜਿਹੜੀ ਹੈ ਉਹ ਸਾਲ 2005 ਦੇ ਵਿੱਚ ਆਈ ਫਿਲਮ ਨੋ ਐਂਟਰੀ ਦਾ ਦੂਜਾ ਸੀਕੁਅਲ ਰਹਿਣ ਵਾਲੀ ਹੈ। ਨੋ ਐਂਟਰੀ ਜਿਹਦੇ ਵਿੱਚ ਅਸੀਂ ਸਲਮਾਨ ਖਾਨ, ਫਰਦੀਨ ਖਾਨ, ਅਨਿਲ ਕਪੂਰ, ਲਾਰਾ ਦੱਤਾ, ਈਸ਼ਾ ਦਿਓਲ ਤੇ ਬਿਪਾਸ਼ਾ ਬਸੂ ਵਰਗੇ ਸਿਤਾਰਿਆਂ ਨੂੰ ਦੇਖਿਆ ਸੀਗਾ। ਫਿਲਮ ਕਾਫੀ ਜ਼ਿਆਦਾ ਮੈਸਿਵ ਹਿੱਟ ਰਹੀ ਸੀਗੀ ਔਨ ਬਾਕਸ ਆਫਿਸ ਤੇ ਫਿਲਮ ਨੇ ਕਾਫੀ ਅੱਛੀ ਕਲੈਕਸ਼ਨ ਕੀਤੀ ਸੀਗੀ। ਇੱਕ ਕਾਮੇਡੀ ਡਰਾਮਾ ਫਿਲਮ ਸੀਗੀ, ਸਟੋਰੀ ਤਾਂ ਤੁਹਾਨੂੰ ਪਤਾ ਹੀ ਹੈ, ਔਰ ਉਦੋਂ ਤੋਂ ਹੀ ਦਰਸ਼ਕਾਂ ਨੂੰ ਵੇਟ ਸੀਗਾ ਕਿ ਯਾਰ ਆਪਾਂ ਇਸ ਫਿਲਮ ਦਾ ਸੀਕੁਅਲ ਵੀ ਜਿਹੜਾ ਉਹ ਦੇਖੀਏ। ਔਰ ਇਸ ਟਾਈਮ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਸੀਕੁਅਲਸ ਦਾ ਜਿਹੜਾ ਰਿਵਾਜ਼ ਚੱਲ ਰਿਹਾ, ਔਰ ਇਹ ਫਿਲਮਾਂ ਕਾਫੀ ਜ਼ਿਆਦਾ ਹਿੱਟ ਵੀ ਹੋ ਰਹੀਆਂ ਨੇ, ਸਕਸੈਸਫੁਲ ਵੀ ਹੋ ਰਹੀਆਂ ਨੇ। ਸੋ ਅਨੀਸ ਬਾਜ਼ਮੀ ਜੀ ਕਹਿੰਦੇ ਕਿ ਆਪਾਂ ਵੀ ਕਿਉਂ ਪਿੱਛੇ ਰਹੀਏ। ਸੋ ਉਹਨਾਂ ਨੇ ਵੀ ਫਿਲਮ ਦਾ ਸੀਕੁਅਲ ਜਿਹੜਾ ਹੈ ਉਹ ਅਨਾਊਂਸ ਕਰ ਦਿੱਤਾ ਹੋਇਆ ਨੋ ਐਂਟਰੀ ਨੂੰ, ਜਿੱਥੇ ਅਨੀਸ ਬਾਜ਼ਮੀ ਦੇ ਦੁਆਰਾ ਡਾਇਰੈਕਟ ਕੀਤਾ ਗਿਆ ਸੀਗਾ। ਅਗੇਨ ਨੋ ਐਂਟਰੀ 2 ਨੂੰ ਵੀ ਅਨੀਸ ਬਾਜ਼ਮੀ ਦੁਆਰਾ ਹੀ ਡਾਇਰੈਕਟ ਕੀਤਾ ਜਾ ਰਿਹਾ, ਪਰ ਇਸ ਵਾਰੀ ਸਟਾਰ ਕਾਸਟ ਜਿਹੜੀ ਹੈ ਉਹ ਡਿਫਰੈਂਟ ਰਹਿਣ ਵਾਲੀ ਹੈ। ਇਸ ਵਾਰੀ ਨੋ ਐਂਟਰੀ 2 ਦਾ ਹਿੱਸਾ ਤੁਸੀਂ ਦਿਲਜੀਤ ਦੋਸਾਂਝ, ਵਰੁਣ ਧਵਨ ਤੇ ਉਹਨਾਂ ਦੇ ਨਾਲ ਨਾਲ ਅਰਜੁਨ ਕਪੂਰ ਨੂੰ ਬਣਦੇ ਹੋਏ ਦੇਖਣ ਵਾਲੇ। ਤਿੰਨੋਂ ਇਸ ਟਾਈਮ ਜਿਹੜੇ ਨੇ ਉਹ ਬਾਲੀਵੁੱਡ ਬਾਲੀਵੁੱਡ ਇੰਡਸਟਰੀ ਦੇ ਵੱਡੇ ਨਾਮ ਨੇ, ਔਰ ਇਹਨਾਂ ਤਿੰਨਾਂ ਦੀ ਕੋਲੈਬਰੇਸ਼ਨ ਜਿਹੜੀ ਹੈ ਮੈਨੂੰ ਲੱਗਦਾ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਣ ਵਾਲੀ ਹੈ। ਅਤੇ ਨਾਲ ਦੇ ਨਾਲ ਬਾਕਸ ਆਫਿਸ ਦੇ ਉੱਤੇ ਵੀ ਇੱਕ ਨਵੀਆਂ ਵੇਵਸ ਜਿਹੜਾ ਉਹ ਇਹ ਵਾਲੀ ਕੋਲੈਬਰੇਸ਼ਨ ਜ਼ਰੂਰ ਕ੍ਰੀਏਟ ਕਰਦੀ ਹੋਈ ਨਜ਼ਰ ਆਏਗੀ, ਕਿਉਂਕਿ ਸਿਰਫ ਦਿਲਜੀਤ, ਵਰੁਣ ਐਂਡ ਅਰਜੁਨ ਦੀ ਹੀ ਗੱਲ ਨਹੀਂ ਹੈ। ਜੇਕਰ ਮੈਂ ਫੀਮੇਲ ਲੀਡ ਕਾਸਟ ਦੀ ਗੱਲ ਕਰਾਂ ਤਾਂ ਇਸ ਫਿਲਮ ਦੇ ਵਿੱਚ 10 ਲੀਡ ਐਕਟ੍ਰੈਸਿਸ ਨੂੰ ਰੱਖਣ ਦੀ ਗੱਲ ਜਿਹੜੀ ਹੈ ਉਹ ਚੱਲ ਰਹੀ ਹੈ। ਸੂਤਰਾਂ ਦਾ ਕਹਿਣਾ ਹੈ, ਯਾਨੀ ਕਿ ਰਿਪੋਰਟਸ ਦਾ ਕਹਿਣਾ ਹੈ ਕਿ ਬੋਨੀ ਕਪੂਰ ਐਂਡ ਅਨੀਸ ਬਾਜ਼ਮੀ ਜਿਹੜੇ ਨੇ ਉਹ ਇਹ ਪਲਾਨ ਕਰ ਰਹੇ ਨੇ ਕਿ ਇਸ ਵਾਰੀ ਮੂਵੀ ਦੇ ਵਿੱਚ ਜਿਹੜਾ ਹੈ ਉਹ 10 ਫੀਮੇਲ ਕਾਸਟ ਨੂੰ ਜ਼ਰੂਰ ਅਟੈਂਡ ਕੀਤਾ ਜਾਏਗਾ, ਉਹਨਾਂ ਨੂੰ ਜ਼ਰੂਰ ਰੱਖਿਆ ਜਾਏਗਾ। ਫਿਲਮ ਦੀ ਸਟੋਰੀ ਕੀ ਰਹਿਣ ਵਾਲੀ ਹੈ, ਇਹਦੇ ਤੋਂ ਥੋੜ੍ਹੇ ਜਿਹੇ ਹਿੰਟਸ ਮਿਲੇ ਨੇ ਕਿ ਹੋ ਸਕਦਾ ਫਿਲਮ ਵਿਮੈਨ ਸੈਂਟ੍ਰਿਕ ਜਿਹੜੀ ਹੈ ਉਹ ਜ਼ਿਆਦਾ ਰਹੇ। ਚਲੋ ਜਿੰਨਾ ਜ਼ਿਆਦਾ ਜਿੰਨੀ ਜ਼ਿਆਦਾ ਵੱਡੀ ਕਾਸਟ ਹੋਏਗੀ ਉਨੀਆਂ ਹੀ ਰਿਸਪੋਂਸੀਬਿਲਿਟੀਜ਼ ਵੀ ਵਧਣਗੀਆਂ, ਪਰ ਨਾਲ ਦੇ ਨਾਲ ਐਂਟਰਟੇਨਮੈਂਟ ਦੀ ਗਰੰਟੀ ਜਿਹੜੀ ਹੈ ਉਹ ਵੀ ਮੇਕਰਸ ਜ਼ਰੂਰ ਦਿੰਦੇ ਨੇ। ਫਿਲਮ ਦੀ ਰਿਲੀਜ਼ਿੰਗ ਡੇਟ ਅਜੇ ਫਾਈਨਲ ਨਹੀਂ ਹੋਈ ਹੈ, ਬਟ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਫਿਲਮ ਸਾਲ 2025 ਦੇ ਐਂਡ ਤੱਕ ਸਿਨੇਮਾ ਘਰਾਂ ਦਾ ਹਿੱਸਾ ਬਣ ਸਕਦੀ ਹੈ। ਦਿਲਜੀਤ ਬੈਕ ਟੂ ਬੈਕ ਫਿਲਮਾਂ ਲੈ ਕੇ ਆ ਰਹੇ ਨੇ, ਸੋ ਹੁਣ ਤੱਕ ਦੀ ਉਹਨਾਂ ਦੀ ਕਿਹੜੀ ਫਿਲਮ ਤੁਹਾਨੂੰ ਜ਼ਿਆਦਾ ਪਸੰਦ ਆਈ ਹੈ ਐਂਡ ਆਉਣ ਵਾਲੀ ਕਿਹੜੀ ਫਿਲਮ ਦਾ ਤੁਹਾਨੂੰ ਵੇਟ ਹੈ, ਲੈਟ ਮੀ ਨੋ ਇਨ ਦ ਕਮੈਂਟਸ। ਔਰ ਨੰਬਰ 4 ਵੀ ਹੈਵ ਅਨਦਰ ਬਿਗ ਸੀਕੁਅਲ ਰਿਲੀਜ਼। ਜਿੱਦਾਂ ਕਿ ਮੈਂ ਗੱਲ ਕੀਤੀ ਕਿ ਸੀਕੁਅਲਸ ਦਾ ਜ਼ਮਾਨਾ ਚੱਲ ਰਿਹਾ ਹੋਇਆ, ਸੋ ਧਮਾਲ ਦੇ ਮੇਕਰਸ ਦਾ ਕਹਿਣਾ ਹੈ ਕਿ ਆਪਾਂ ਕਿਉਂ ਪਿੱਛੇ ਰਹੀਏ। ਸੋ ਧਮਾਲ ਦੇ ਪਹਿਲਾਂ ਹੀ 3 ਸੀਕੁਅਲਸ ਜਿਹੜੇ ਨੇ ਉਹ ਬਣ ਚੁੱਕੇ ਨੇ ਅਤੇ ਹੁਣ 4th ਸੀਕੁਅਲ ਦੀ ਵਾਰੀ ਆ ਗਈ ਹੋਈ ਹੈ। ਧਮਾਲ ਕੌਰ ਬਹੁਤ ਛੇਤੀ ਸਿਨੇਮਾ ਘਰਾਂ ਦਾ ਹਿੱਸਾ ਬਣਨ ਵਾਲੀ ਹੈ, ਜਿਹਦੀ ਓਫੀਸ਼ੀਅਲ ਅਨਾਊਂਸਮੈਂਟ ਵੀ ਕਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਸਾਲ 2007 ਦੇ ਵਿੱਚ ਆਈ ਸੀ ਫਿਲਮ ਧਮਾਲ, ਉਸ ਤੋਂ ਬਾਅਦ ਸਾਲ 2011 ਦੇ ਵਿੱਚ ਡਬਲ ਧਮਾਲ ਅਤੇ ਸਾਲ 2019 ਦੇ ਵਿੱਚ ਟੋਟਲ ਧਮਾਲ ਫਿਲਮ ਜਿਹੜੀ ਹੈ ਉਹ ਆਈ। ਤਿੰਨਾਂ ਹੀ ਫਿਲਮਾਂ ਨੇ ਬਾਕਸ ਆਫਿਸ ਦੇ ਵਿੱਚ ਕਾਫੀ ਅੱਛੀ ਕਲੈਕਸ਼ਨ ਕੀਤੀ, ਦਰਸ਼ਕਾਂ ਨੂੰ ਕਾਫੀ ਜ਼ਿਆਦਾ ਐਂਟਰਟੇਨ ਕੀਤਾ। ਅਤੇ ਹੁਣ ਜੇਕਰ ਮੈਂ ਗੱਲ ਕਰਾਂ ਇਹਦੇ 4th ਸੀਕੁਅਲ ਦੀ, ਤਾਂ ਉਹਦੀ ਤਿਆਰੀ ਵੀ ਮੇਕਰਸ ਨੇ ਖਿੱਚ ਲਈ ਹੋਈ ਹੈ। ਫਿਲਮ ਸਾਲ 2025 ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਨਜ਼ਰ ਆਉਣ ਵਾਲੀ ਹੈ। ਰਿਲੀਜ਼ਿੰਗ ਡੇਟ ਅਜੇ ਫਾਈਨਲ ਨਹੀਂ ਹੋਈ ਹੈ, ਬਟ ਸਟਾਰਕਾਸਟ ਦੇ ਬਾਰੇ ਜ਼ਰੂਰ ਚਰਚੇ ਜਿਹੜੇ ਨੇ ਹੁਣ ਤੋਂ ਸ਼ੁਰੂ ਹੋਣੇ ਸ਼ੁਰੂ ਹੋ ਗਏ ਨੇ ਅਤੇ ਸਟਾਰਕਾਸਟ ਫਾਈਨਲ ਕਰ ਦਿੱਤੀ ਗਈ ਹੈ। ਸੋ ਰਿਪੋਰਟਸ ਦਾ ਕਹਿਣਾ ਹੈ ਕਿ ਟੋਟਲ ਧਮਾਲ ਦੇ ਵਿੱਚ ਸਾਨੂੰ ਜੋ ਸਟਾਰਕਾਸਟ ਦੇਖਣ ਨੂੰ ਮਿਲੀ ਸੀ, ਯਾਨੀ ਕਿ ਮਾਧੁਰੀ ਦੀਕਸ਼ਿਤ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ ਐਂਡ ਜਾਵਿਦ ਜਾਫਰੀ, ਉਹੀ ਸੇਮ ਸਟਾਰਕਾਸਟ ਜਿਹੜੀ ਹੈ ਉਹ ਸਾਨੂੰ ਇਸ ਵਾਰੀ ਧਮਾਲ 4 ਦੇ ਵਿੱਚ ਵੀ ਦੇਖਣ ਨੂੰ ਮਿਲਣ ਵਾਲੀ ਹੈ। ਮਾਧੁਰੀ ਦੀਕਸ਼ਿਤ ਐਂਡ ਅਜੇ ਦੇਵਗਨ ਨੂੰ ਇਕੱਠੀਆਂ ਸਕਰੀਨ ਸਾਂਝਾ ਕਰਦੇ ਹੋਏ ਦੇਖ ਕੇ ਫੈਨਸ ਨੇ ਕਾਫੀ ਜ਼ਿਆਦਾ ਇੰਜੋਏ ਕੀਤਾ ਸੀਗਾ ਇਨ ਟੋਟਲ ਧਮਾਲ। ਸੋ ਹੁਣ ਉਹਨਾਂ ਹੀ ਫੈਨਸ ਦੀ ਐਕਸਾਈਟਮੈਂਟ ਹੋਰ ਜ਼ਿਆਦਾ ਦੁੱਗਣੀ ਹੋ ਗਈ ਹੈ ਜਦੋਂ ਇਹ ਰਿਪੋਰਟਸ ਆਈਆਂ ਨੇ ਕਿ ਧਮਾਲ 4 ਦੇ ਵਿੱਚ ਅਸੀਂ ਮਾਧੁਰੀ ਐਂਡ ਅਜੇ ਦੇਵਗਨ ਨੂੰ ਦੁਬਾਰਾ ਤੋਂ ਦੇਖਣ ਵਾਲੇ ਹਾਂ। ਸੋ ਤੁਹਾਨੂੰ ਫਿਲਮ ਤੋਂ ਕੀ ਉਮੀਦਾਂ ਨੇ, ਲੈਟ ਮੀ ਨੋ ਇਨ ਦ ਕਮੈਂਟਸ। ਐਂਡ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦੇਵਾਂ ਕਿ ਸਾਲ 2025 ਦੇ ਵਿੱਚ ਜੋ ਬਹੁਤ ਸਾਰੇ ਸੀਕੁਅਲਸ ਰਿਲੀਜ਼ ਹੋ ਰਹੇ ਨੇ, ਇਹਨਾਂ ਦੀ ਐਕਸਾਈਟਮੈਂਟ ਤਾਂ ਹੈਗੀ ਹੈਗੀ ਹੈ, ਪਰ ਨਾਲ ਦੇ ਨਾਲ ਕਲੈਸ਼ਿਸ ਵੀ ਬਹੁਤ ਸਾਰੀਆਂ ਫਿਲਮਾਂ ਦੇ ਹੋ ਰਹੇ ਨੇ। ਸੋ ਇਹ ਦੇਖਣਾ ਵੀ ਕਾਫੀ ਜ਼ਿਆਦਾ ਇੰਟਰਸਟਿੰਗ ਰਹਿਣ ਵਾਲਾ ਹੈ ਕਿ ਆਖਿਰਕਾਰ ਕਿਹੜੀ ਫਿਲਮ ਕਿਹੜੇ ਪ੍ਰੋਜੈਕਟ ਨੂੰ ਬੀਟ ਕਰਕੇ ਬਾਕਸ ਆਫਿਸ ਦੇ ਉੱਤੇ ਛਾ ਪਾਉਂਦੀ ਹੈ ਅਤੇ ਦਰਸ਼ਕਾਂ ਦਾ ਦਿਲ ਜਿੱਤ ਪਾਉਂਦੀ ਹੈ। ਐਂਡ ਔਨ ਲਾਸਟ ਵੀ ਹੈਵ ਸ਼ਰਧਾ ਕਪੂਰ। ਦੇਖੋ, ਸ਼ਰਧਾ ਕਪੂਰ ਨੂੰ ਨੈਸ਼ਨਲ ਕ੍ਰਸ਼ ਦਾ ਟੈਗ ਦਿੱਤਾ ਗਿਆ ਹੋਏ ਜਾਂ ਨਾ ਗਿਆ ਹੋਏ, ਪਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਫੈਨਸ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਅਤੇ ਪਿਆਰ ਕਰਦੇ ਨੇ। ਇਹਦਾ ਹੀ ਕਾਰਨ ਹੈ ਕਿ ਜਦੋਂ ਵੀ ਕੋਈ ਬਾਲੀਵੁੱਡ ਪ੍ਰੋਜੈਕਟ ਆਉਂਦਾ ਹੈ ਜਿਹਦੇ ਵਿੱਚ ਸ਼ਰਧਾ ਕਪੂਰ ਸ਼ਾਮਿਲ ਹੁੰਦੇ ਨੇ, ਤਾਂ ਉਹਦੀ ਹਾਈਪ ਜਿਹੜੀ ਹੈ ਉਹ ਦੁੱਗਣੀ ਤਿੱਗਣੀ ਹੋ ਜਾਂਦੀ ਹੈ। ਜੇਕਰ ਅਸੀਂ ਸ਼ਰਧਾ ਦੇ ਸੋਸ਼ਲ ਮੀਡੀਆ ਨੂੰ ਦੇਖੀਏ ਤਾਂ ਉਹਨਾਂ ਦੇ ਕਾਫੀ ਮੈਸਿਵ
फैंस की एक्साइटमेंट जी है वो काफ़ी ज़्यादा दुगनी तिगनी हो जाती है और यही एक्साइटमेंट चल रही है जी इस टाइम स्त्री टू नू लैके स्त्री फिल्म जिदे विच श्रद्धा कपूर एंड राजकुमार राव की जोड़ी नू असी देखा सीगा एक नॉर्मल जी हॉरर कॉमेडी सी पर किसी ने यही नहीं सोचा सीगा कि इहदी हाइप इन्नी ज़्यादा वध जाएगी तो दर्शक इनू इन्ना ज़्यादा अगे लैके चले जाएंगे पर यह चीज़ सही साबित हुई किवें राजकुमार राव एंड श्रद्धा कपूर की मेहनत के नाल और हुण जदों स्त्री टू की अनाउंसमेंट हुई इन द स्टार्टिंग ऑफ दिस ईयर यानी कि 2024 उदों तो ही फैनस नू यार ये वेट सीगा कि छेती छेती फिल्म की रिलीजिंग डेट अनाउंस हुई स्त्री ने जिथे स्त्री जो कि 20-25 करोड़ के विच बनी सी फिल्म ने 200 करोड़ तक कमा ले सके सो इतों ही तुसीं अंदाजा लगा लो कि स्त्री टू तो दर्शकों नू की उम्मीदा ने और किन्नी ज़्यादा वेट दर्शक इस फिल्म की कर रहे होंगे स्त्री टू की रिलीजिंग डेट फाइनल हो चुकी है विच इज़ 15 अगस्त 2024 ऐसे साल अगस्त फिल्म रिलीज़ होने वाली है तो जेकर मैं मूवी के टीज़र की गल करा तो टीज़र जोड़ा है इस टाइम नहीं रिलीज़ किया गया ऑन सोशल मीडिया या फिर कितने भी बट एक स्पैशल ऑफर इस टाइम चल रही है जी मुंजिया मूवी मेकरस ने जो कि चलाई है या देखो मार्केटिंग करनी है ना तो मैंने लगता है कि वह किसी को अमर कौशिक तो सीखनी चाहिए जिन्होंने एक नहीं बल्कि कट्ठे ही 3-3 फिल्मों दी प्रमोशन कर दिती मुंजिया जो कि एक सुपर नैचुरल जी हॉरर कॉमेडी है मतलब सानू सोचना बनता है कि यह फिल्म जी थिएटर के ज़्यादा टाइम तक नहीं टिक सकती जदों तक इनू कोई वधिया जी मार्केटिंग स्ट्रैटेजी ना दी जाए सो अमर कौशिक एंड मुंजिया के जो मेकरस ने उन्होंने बहुत ही वधिया कॉन्टेंट स्ट्रैटेजी लगाई मार्केटिंग स्ट्रैटेजी बनाई कि मुंजिया की रिलीजिंग डेट जी है मुंजिया की जो रिलीज़ है उन्होंने जोड़ दिता गया स्त्री टू के नाल सो स्पैशल ऑफर यही चल रही है कि जेकर तुसी थिएटर के इस टाइम मुंजिया देखने जाते हो तो तुहानू स्त्री टू का टीज़र उत्थे मूवी के एंड विच देखने मिलेगा एंड नाल दी भी रिपोर्ट्स आ रही ने कि मुंजिया के भेड़िया मूवी जो कि वरुण धवन की आई सी उन्हों भी भेड़िया कैरेक्टर भी ऐड किया गया तो कितना कितने इन तिना फिल्मों का लिंक आपस के जोड़िया जा रहा है यानी कि मुंजिया प्लस स्त्री टू एंड भेड़िया ये तीनों किरदार जोड़े ने वह हो सकता है स्त्री टू के सू इकट्ठा देखने मिलन अमर कौशिक की यह मार्केटिंग स्ट्रैटेजी बहुत ही ज़्यादा वधिया है ये ना सिर्फ मुंजिया दिया जड़िया सीट्स ने वो हाउसफुल जा रही ने बट नाल दी नाल स्त्री टू की हाइप जो कि अगस्त के आएगी वो भी क्रिएट होनी शुरू हो गई है यानी कि मे बी हो सकता है जुलाई तक फिल्म का ट्रेलर रिलीज़ किया जाए एंड दैन अगस्त के फिल्म जी पूरी की पूरी सिनेमाघर का हिस्सा बन जाए वैल असी उन्होंने मार्केटिंग स्ट्रैटेजीज में सलाम करते हैं डेफिनेटली फिल्म के श्रद्धा कपूर ने एंड राजकुमार राव की जोड़ी असं एक बार फिर तो देखने वाले हैं सो उन्हों की जो फैन फॉलोइंग है वो तो ऑलरेडी फिल्म को देखने के लिए एक्साइटेड है ही नहीं बट अमर कौशिक का काम इस बार इस फिल्म केहोजा रहने वाला है दैट इज़ ऑल्सो अ प्लस पॉइंट एंड वो भी वॉच करने के लिए असं एक्साइटेड हाँ सो लैट सी केड़ी फिल्म जी है इस बारी दर्शकों का दिल जीत के जाती है मूवी अपडेट्स होर भी बहुत सारिया ने जो टाइम टू टाइम आदि रहा ने तुम कितने नहीं जाना मैं थोड़े ना इदा ही सारिया अपडेट्स शेयर करती रहाँगी फिलहाल मैं इजाजत दो पर इन सारिया मूवीज़ के फिल्म का इंतजार तुम ज़्यादा कर रहे हो लैट मी नो इन द कमेंट्स